ਹਰਿਆਣਾ ਵਾਲੇ ਮਿਸਤਰੀ ਹਾਂਜੀ ਹਾਂਜੀ ਭਾਈ ਕਾਫੀ ਜਿਹੀ ਪ੍ਰੋਬਲਮ ਆ ਗਈ ਦੇਖੀ ਯਾਰ ਜ਼ਰਾ ਜਲਦੀ ਦੇਖੀ ਲੋਡ ਲਾਣਾ ਓਕੇ ਭਾਜੀ ਇਧਰ ਡੱਫ ਦਾ ਮਸਲਾ ਹੈ ਡੱਫ ਦਾ ਹਾਂਜੀ 10,000 ਰੁਪਈਆ ਲੱਗਾ 10,000 ਓਏ ਮੈਨੂੰ ਠੱਗਣ ਦੇ ਉਹ ਤੂੰ ਜਾ ਮੇਰਾ ਵੀਰ ਹਰਿਆਣਾ ਵਾਲਾ ਕੀ ਹੋਈ ਭਾਜੀ ਤੂੰ ਸਿਆਣਾ ਬੰਦਾ ਵਾ ਦੇਖ ਯਾਰ ਉਹਨੇ ਕਿਹਾ ਕਿ 10,000 ਦਾ ਬਿੱਲ ਬਣਾਤਾ ਦੇਖ ਕੀ ਮਸਲਾ ਉਹਨੇ ਵੇਖ ਲੈਨੇ ਭਾਜੀ ਭਾਜੀ ਇਹਦਾ ਅਲਟੀਨੇਟਰ ਵੀ ਖਰਾਬ ਆ ਤੇ ਇਹਦਾ ਰੈਡੀਏਟਰ ਦਾ ਪੱਖਾ ਵੀ ਖਰਾਬ ਆ ਤੇ ਇਹਦਾ ਸਟਾਰਟਰ ਵੀ ਉੱਡਿਆ ਵਾ ਤੇ ਇਹਦਾ ਇੰਜਣ ਵੀ ਲੀਕ ਹੋਣ ਦੀ ਤੇ ਇਹ ਘੱਟੋ ਘੱਟ ਨਹੀਂ ਤੁਹਾਡਾ 15-18,000 ਰੁਪਏ ਦਾ ਖਰਚਾ ਜੀ ਤੂੰ ਵੀ ਠੱਗਣ ਦਿਆ ਮੇਰਾ ਵੀਰ ਉਹ ਬੌਸ ਕਿੱਥੇ ਨਿਕਲੋ ਸਾਰੇ ਬੌਸ ਐਂਪਲੋਈ ਜਿਹੜੇ ਨੇ ਠੱਗਣ ਦੇ ਮੈਨੂੰ ਕੋਈ 10,000 ਦਾ ਬਿੱਲ ਬਣਾ ਰਿਹਾ ਕੋਈ 20,000 ਦਾ ਤੂੰ ਮੇਰਾ ਵੀਰ ਦੇਖ ਯਾਰ ਇਹ ਚ ਕੋਈ ਪ੍ਰੋਬਲਮ ਹੈਗੀ ਦੇਖ ਜਰਾ ਆਇਓ ਜੀ ਭਾਜੀ ਤੁਹਾਡਾ ਸਾਰਾ ਇੰਜਨ ਰਿਪਲੇਸ ਹੋਣ ਵਾਲਾ 35,000 ਲੱਗਣਾ ਉਹ ਯਾਰ ਤੂੰ ਵੀ ਛੱਡਣ ਦੇ ਉਹ ਹਰਿਆਣਾ ਦਾ ਕਿੱਥੇ ਆ ਉਹ ਤੂੰ ਸਭ ਤੋਂ ਸਸਤਾ ਵਾ ਮੇਰਾ ਵੀਰ ਡੈਫ ਪਾ ਦੇ ਭਾਜੀ ਇਹ ਟਰੱਕ 1,40,000 ਦਾ ਵਾ ਭਾਜੀ ਸਿਆਣੇ ਕਹਿੰਦੇ ਆ ਮਹਿੰਗਾ ਰੋਏ ਇੱਕ ਵਾਰ ਸਸਤਾ ਰੋਏ ਬਾਰ ਬਾਰ ਮਹਿੰਗਾ ਟਰੱਕ ਦਿਖਾਓ ਚੀਜ਼ ਅੱਛੀ ਲੱਗਦੀ ਹੁੰਦੀ ਹੈ ਮਰਦਾ ਵਾਲੀ ਗੱਲ ਚੱਲ ਚੱਲੀ ਭਾਜੀ 2018 ਮਾਡਲ ਹੈਗਾ 2,00,000 ਮਾਈਲ ਚੱਲਿਆ ਹੋਇਆ ਓਨਲੀ ਓਨ ਤੁਹਾਡੇ ਵਾਸਤੇ 60,000 ਦਾ ਇਸ ਤੋਂ ਬਿਹਤਰੀਨ ਡੀਲ ਤੁਹਾਨੂੰ ਨਹੀਂ ਲੱਭਣੀ ਸੈਕਰਾਮੈਂਟੋ ਦੇ ਵਿੱਚ ਆ ਜਾ ਉਹ ਭਾਜੀ ਲੱਗਦਾ ਤੁਸੀਂ ਅੱਜ ਆਫਿਸ ਟਾਈਮ ਤੇ ਪੀ ਕੇ ਆ ਗਏ ਹੋ ਨੀਂਦ ਨਹੀਂ ਪੂਰੀ ਤੁਹਾਨੂੰ ਕੀ ਲੱਗਦਾ ਮੈਂ ਮੁਕੇਸ਼ ਅੰਬਾਨੀ ਦਾ ਫਰਸਟ ਕਜ਼ਨ ਹਾਂ ਹੱਦ ਹੋ ਗਈ ਤੇਰੇ ਲਈ ਵੀ ਇਹ ਟਰੱਕ ਹਮੇਸ਼ਾ ਲਈਦਾ ਹੁੰਦਾ ਅ 20-30,000 ਤੋਂ ਉੱਪਰਲਾ ਟਰੱਕ ਨਹੀਂ ਲਈਦਾ ਉਹ ਯਾਰ ਅਸਲ ਕੰਮ ਹੁੰਦਾ ਟ੍ਰੇਲੇ ਦਾ ਟਰੱਕ ਦਾ ਵਿੱਚ ਕਮਾਲ ਹੀ ਕੋਈ ਨਹੀਂ ਅਸਲ ਕੰਮ ਹੁੰਦਾ ਟ੍ਰੇਲੇ ਦਾ ਹਾਂ ਜਿਹੜਾ ਮਰਜ਼ੀ ਲੈ ਲਓ ਤੂੰ 20-30,000 ਵਾਲਾ ਦਿਖਾ ਮੇਰਾ ਵੀਰ ਇੱਧਰ ਖੜੇ ਕਿੱਧਰ ਟਰੱਕ ਵਾਸ਼ ਕਰਾਇਆ ਭਾਜੀ 500 ਦਾ ਸਕੇਲ ਕਰਵਾਇਆ ਟਰੱਕ ਦਾ ਖਾਲੀ ਟਰੱਕ ਦਾ ਸਕੇਲ ਕਰਵਾਇਆ 400 ਦਾ ਦੋ ਕੂਲਿੰਗ ਦੀ ਬੋਤਲਾਂ ਪਾ ਗਿਆ 350 ਦੀ ਤੇ ਬਾਕੀ ਮੇਰੇ ਮਾਈਲ ਵਗੈਰਾ ਪਾ ਕੇ ਇਹ ਤੁਹਾਡਾ ਮੇਰਾ ਟੋਟਲ ਹੋ ਗਿਆ 5,000 350 ਦੀਆਂ ਦੋ ਕੂਲਿੰਗ ਦੀਆਂ ਬੋਤਲਾਂ ਠੀਕ ਹੋ ਗਿਆ ਵੈਰੀ ਗੁੱਡ ਜੋਬ ਕੱਲ ਤੇਰੇ ਅਕਾਊਂਟ 'ਚ ਮੈਂ ਭੇਜ ਦੇਵਾਂ ਜਾ ਸਕਦਾ ਯਾਰ ਜ਼ਹਿਨ ਤੈਨੂੰ ਨਜ਼ਰ ਨਹੀਂ ਆ ਰਿਹਾ ਤੈਨੂੰ ਠੱਗਣ ਦਿਆ ਵਾ ਤੂੰ ਅੰਨਾ ਵਾ ਠੱਗ ਰਿਹਾ ਮੈਨੂੰ ਦੋਸਤ ਹਮ ਜੋ ਰਈਸ ਹੈ ਨਾ ਰਈਸ ਬਿਲਕੁਲ ਇੰਗਲਿਸ਼ ਮੇਂ ਕਹਿਤੇ ਹੈ ਟਰੱਕ ਓਨਰਸ ਜਾਂ ਓਨਰ ਆਪਰੇਟਰਸ ਤੁਮ ਨਹੀਂ ਇਹ ਫੀਲਿੰਗ ਸਮਝੋਗੇ ਤੇਰੇ ਕੋਲ ਟਰੱਕ ਨਹੀਂ ਹੈਗੇ ਵੀਰੇ ਠੱਗੇ ਜਾਣਾ ਵੀ ਇੱਕ ਫਨ ਆ ਇੰਜੋਏ ਕਰੀਦਾ ਅਸੀਂ ਭਾਜੀ ਤੁਸੀਂ ਮੈਨੂੰ ਠੱਗਣ ਦੇ 2,000 ਮੇਰੇ ਬਣਦੇ ਸੀ ਅਕਾਊਂਟ ਮੇਰੇ 1,300 ਆਏ ਨੇ ਉਹ ਨਹੀਂ ਨਹੀਂ ਠੱਗਿਆ ਨਹੀਂ ਆ ਤੈਨੂੰ ਉਹ ਜਿਹੜੇ ਮਜ਼ੇ ਅਸੀਂ ਲਏ ਸੀ ਨਾ 2020 'ਚ ਮੈਂ ਕਹਿੰਦਾ ਉਹ ਫੀਲਿੰਗ ਤੁਸੀਂ ਵੀ ਲਵੋ ਅਸੀਂ ਵੀ ਥੋੜ੍ਹਾ ਜਿਹਾ ਠੱਗ ਲਈਏ ਤੁਹਾਨੂੰ ਹਾਂਜੀ ਹੈਪੀ ਯਾਰ ਮੈਂ ਸੋਚ ਰਿਹਾ ਪੈਸਾ ਤੇ ਬਹੁਤ ਆ ਮੇਰੇ ਕੋਲ ਗੱਡੀਆਂ ਵੀ ਬਹੁਤ ਆ ਇੱਕ ਐਸਕਲੇਡ ਖਰੀਦ ਲਵਾਂ ਤੇ ਇੱਕ ਰੇਂਜ ਰੋਵਰ ਖਰੀਦ ਲਵਾਂ ਮੇਰਾ ਵੀਰ ਜੇ ਆਪਾਂ ਐਸਕਲੇਡ ਰੇਂਜ ਰੋਵਰ ਛੱਡ ਕੇ ਲੈਂਬੋ ਵੱਲ ਚੱਲੀਏ ਤਾਂ ਜੇ ਆਪਾਂ ਲੈਂਬੋ ਬਾਏ ਕਰੀਏ ਆਹੋ ਯਾਰ ਤੇਰੀ ਗੱਲ ਠੀਕ ਆ ਲੈਂਬੋ ਖਰੀਦਦੇ ਆ ਤੇਰੀ ਗੱਲ ਸਿਆਣੀ ਆ ਤੈਨੂੰ ਪਤਾ ਤੇ ਹੈਗਾ ਵਾ ਯਾਰ ਅੰਨਾ ਪੈਸਾ ਵਾ ਅੱਗ ਲਾਇਆ ਮੁੱਕਦਾ ਨਹੀਂ ਆ ਆਪਾਂ ਲੈਂਬਰਗਿਨੀ ਦੇਖਦੇ ਆ ਠੀਕ ਆ ਚਲੋ ਮੈਂ ਵੀ ਖਰੀਦ ਲੈਣਾ ਚੱਲ ਇਹਦਾ ਮੇਰਾ ਵੀਰ ਇੱਕ ਕੰਮ ਕਰ ਪਹਿਲਾਂ ਇਹਦਾ ਰੇਟ ਪਤਾ ਕਰ ਲੈਂਬੋ ਦਾ ਮੈਨੂੰ ਦੱਸੀ ਮੈਂ ਫਲਾਈਟ ਕਰਾ ਕੇ ਆਉਣਾ ਆਪਾਂ ਅਮਰੀਕਾ ਤੋਂ ਹੀ ਲਵਾਂਗੇ ਤੈਨੂੰ ਪਤਾ ਕਰਕੇ ਦੱਸਦਾ ਕਿੰਨੇ ਆ ਵੀ ਆ ਜਾ ਅਮਰੀਕਾ ਆ ਕੇ ਖਰੀਦਦੇ ਆ ਠੀਕ ਆ ਉਹ ਯਾਰ ਮੇਰੇ ਹਾਲ ਨੂੰ ਮਾਰ ਗੋਲੀ ਉਹ ਯਾਰ ਵੇਖ ਲਾ ਟਿਫਨ ਸਰਵਿਸ $5 ਮਹਿੰਗੀ ਕਰਤੀ ਉਹ
ਬੜਾ ਮੰਦਾ ਹੋਈ ਜਾਂਦਾ ਯਾਰ, ਮਹਿੰਗਾਈ ਬੜੀ ਹੋਈ ਜਾਂਦੀ ਆ। ਤੁਹਾਡੇ ਕਿੱਦਾਂ ਇੱਥੇ ਰੋਟੀ ਪਾਣੀ ਦਾ? ਓਏ ਹੈਪੀ, ਤੂੰ ਟਿਫਨ ਸਰਵਿਸ ਨੂੰ ਰੋ ਰਿਹਾ, ਉਹਨਾਂ ਨੇ $5 ਵਧਾਤੇ। ਉਹ ਮੇਰੇ ਕੋਲ ਪੁੱਛ ਕੇਲਿਆਂ ਦਾ ਰੇਟ, ਮੈਂ ਡੇਲੀ ਇੱਕ ਕੇਲਾ ਖਾਣਾ, ਕੇਲੇ ਬਹੁਤ ਮਹਿੰਗੇ ਹੋ ਗਏ ਵੀਰੇ ਅਮਰੀਕਾ 'ਚ। ਉੱਤੋਂ ਗੈਸ ਦੇ ਪ੍ਰਾਈਸ 2 ਸੈਂਟ ਫੇਰ ਚੱਕਦੇ ਉਹਨਾਂ ਨੇ ਯਾਰ, ਅਫੋਰਡ ਕਰਨਾ ਔਖਾ ਹੋਣ ਡਿਆ ਸਾਰਾ ਕੁਝ। ਉਹ ਹੈਪੀ, ਤੂੰ ਗੱਡੀਆਂ ਦੀ ਗੈਸ ਨੂੰ ਰੋ ਰਿਹਾ ਵੀਰੇ, ਦੁੱਧ ਕਿੰਨਾ ਮਹਿੰਗਾ ਹੋ ਗਿਆ ਵਾ, ਡੇਲੀ ਇੱਕ ਕੱਪ ਚਾਹ ਦਾ ਪੀਂਦਾ ਸੀ, ਮੈਂ ਹਫ਼ਤੇ 'ਚ ਇੱਕ ਚਾਹ ਪੀਂਦਾ, ਨਾਲੇ ਚਾਹ ਜਿਹੜੀ ਨਾ ਇਹ ਖੁਸ਼ਕੀ ਕਰਦੀ ਹੈ, ਚਾਹ ਵੀ ਕਰ ਦੇਣੀ ਆ। ਭਾਈਜਾਨ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਇਕਨੋਮਿਕਸ ਦੇ ਵਿੱਚ, ਆਈ ਥਿੰਕ ਇਸ ਸੀਟ ਦਾ ਹੱਕਦਾਰ ਮੈਂ ਹੈਗਾ, ਆਈ ਡਿਜ਼ਰਵ ਦਿਸ ਸੀਟ। ਤੁਸੀਂ ਇੱਦਾਂ ਕਰੋ, ਇਸੇ ਫਲਾਈਟ 'ਚ ਐਕਸਟਰਾ ਲੈਗ ਰੂਮ ਵਾਲੀ ਸੀਟ ਕਰ ਦਿਓ, ਮੈਂ ਇਸ ਸੀਟ ਦਾ ਹੱਕਦਾਰ ਹਾਂ, ਮੈਂ ਵਾਪਸ ਜਾ ਰਿਹਾ ਪਾਕਿਸਤਾਨ, ਮੈਨੂੰ ਜੋਬ ਨਹੀਂ ਮਿਲੀ ਕਹਿੰਦਾ ਸੀ, ਪਰ ਕਰ ਦਿਓ ਇਹ ਸੀਟ ਮੈਨੂੰ ਦਿਓ, ਇਹ ਸੀਟ ਮੈਨੂੰ।